पता नहीं साडा बबलू बेचारा किवें होगा हस्पताल च, किड्डा हरामी बंदा है हंकारिया होया। ओए किन्ना सोहना पतंगा, देख उत्ते सोना भी कितना। बबलू बबलू नोने वीरे उठ खड़, 8 बज गए। दिन में ना जाना है स्कूल आज। ओए स्कूल तेनू कौन भेजदा अज एतवार? एतवार ले हुण देखी कि मैं अखा खुलिया। ओहो मैं तो भूल ही गया सी, अज तो मैं पतंग चढ़ाऊंगा। ले पतंग चढ़ाऊंगा, चाह तो पी लो पहला। आ फट नाली दीदी, आज ना तू मैनू पैसे दे दे, मैं पतंग चढ़ा ली जाना। ले ली तू पैसे, ले ली पतंग चढ़ा ली, चंगा पहला चाह पी ला। नाली मेरी गल सुन बबलू, दूर ना जाया कर तू खेडन, ठीक है? तेरे बिना तो साडा कोई नहीं हैगा, जो तू जावड़ ना बाहर करो फिर मैनू तेरी फिक्र ही रहिंदी है भी पता नहीं कित्थे फिरदा होना गा। चंगा तू बाली दूर ना जाया कर खेडन, नाले जल्दी घरे आ जा कर, सारा सारा दिन बाहर फिरदा रहना गा, बापू भी तेरी बहुत फिक्र करदा। चाच मिठा घटा हाँ नखरे तो तेनू बहुत आंदे आ, पा के लिया दिनी मैं मिठा, पै जा। ਲੈ ਹੁਣ ਪੁੱਤ ਤੇਰਾ ਪਤੰਗਾ ਚਾਹ ਤੇਰੀ ਡੋਰ। ਅੰਕਲ ਜੀ ਕਿੰਨੇ ਪੈਸੇ ਹੋਏ? ਕੋਈ ਨਹੀਂ ਪੁੱਤ, ਪੈਸੇ ਮੈਂ ਤੇਰੇ ਡੈਡੀ ਤੋਂ ਲੈ ਲੂੰਗਾ ਆਪੇ, ਕੋਈ ਤੂੰ ਪਤੰਗ ਚੜਾ ਲਾ। ਅੱਜ ਦਾ ਪਤੰਗ ਵੀ ਮਿਲ ਗਿਆ ਨਾਲ ਡੋਰ, ਅੱਜ ਦਾ ਪੂਰਾ ਦਿਨ ਨਾ ਆਪਣੇ ਦੋਸਤਾਂ ਨਾਲ ਪਤੰਗ ਚੜਾਉਂਗਾ। ਪਰ ਪਹਿਲਾਂ ਮੈਂ ਭੈਣ ਨੂੰ ਕਹਿਆ ਮੈਂ ਕਿ ਮੈਂ ਨਾ ਦੋਸਤਾਂ ਨਾਲ ਪਤੰਗ ਚੜਾਉਣ ਜਾਣਾ, ਅੱਜ ਤਾਂ ਐਤਵਾਰ ਵੀ ਆ। ਲੈ ਅੱਜ ਬਬਲੂ ਨੂੰ ਛੁੱਟੀ ਸੀ ਨਾ, ਪਤਾ ਨਹੀਂ ਸੂਬਾ ਤਾਂ ਕਿੱਧਰ ਨੂੰ ਨਿਕਲ ਗਿਆ, ਸੂਬਾ ਹੀ ਉੱਡ ਗਿਆ ਅੱਜ ਵੀ ਪਤਾ ਅੱਜ ਮੈਂ ਕਿਹੜਾ ਕਿਤੇ ਜਾਣਾ ਗਾ ਸਕੂਲ ਸਕਾਲ। ਨਾਲੇ ਵੇਖੀ ਲੈ ਰੋਟੀ ਖਾ ਲੈਂਦਾ ਨਾ ਆ ਕੇ, ਵਧੀਆ ਸੀ ਹੁਣ ਗਰਮ ਰੋਟੀ ਪਈ ਸੀਗੀ, ਫਿਰ ਨਖਰੇ ਕਰਦਾ ਹੁੰਦਾ ਮੈਂ ਨਹੀਂ ਠੰਡੀ ਰੋਟੀ ਖਾਣੀ ਗੀ। ਮੈਨੂੰ ਲੱਗਦਾ ਆ ਹੀ ਗਿਆ। ਭੈਣੇ ਭੈਣੇ ਹਾਂ ਕੀ ਹੋ ਗਿਆ? ਮੈਂ ਨਾ ਦੋਸਤ ਨਾਲ ਪਤੰਗ ਚੜਾਉਣ ਜਾਣਾ। ਕਿੱਥੇ ਜਾਣਾ ਤੂੰ ਪਤੰਗ ਚੜਾਉਣ? ਰੋਟੀ ਖਾ ਪਹਿਲਾਂ ਬੈਠ ਕੇ। ਮੈਂ ਨਹੀਂ ਖਾਣੀ ਰੋਟੀ। ਕਿਉਂ ਨਹੀਂ ਖਾਣੀ ਗੀ? ਭੁੱਖ ਨਹੀਂ ਲੱਗੀ ਤੈਨੂੰ? ਬਹਿ ਜਾ ਬਹਿ ਜਾ, ਸਾਰਾ ਦਿਨ ਤੂੰ ਘਰੇ ਨਹੀਂ ਵੜਨਾ ਹੁੰਦਾ ਹੋਵੇਂ। ਖਾਣੀ ਮੈਂ ਨਾ ਰੋਟੀ ਲਿਆਉਂਦੀ ਆ, ਬਹਿ ਜਾ ਚਪੇੜੇ ਨਾ ਖਾ ਲਈ। ਮੈਂ ਨਹੀਂ ਖਾਣੀ ਸੀ ਰੋਟੀ। ਖਾਣੀ ਤਾਂ ਤੂੰ ਕਿਵੇਂ ਨਹੀਂ ਰੋਟੀ? ਫੜ ਖੇਡਣ ਦਾ ਹੀ ਰਹਿੰਦਾ ਤੈਨੂੰ, ਆਏ ਮੂੰਹ ਬਣਾਉਣਾ ਸਵਾਦ ਆ। ਕਿਉਂ ਦਾਲ ਨਾਲ ਖਾਣੀ ਰੋਟੀ? ਮੈਂ ਨਹੀਂ ਖਾਣੀ ਚਾਰ ਚੂਰ ਨਾਲ। ਖਾਲਾ ਪੁੱਤ ਸਬਜ਼ੀ ਹੈ ਨਹੀਂ ਅੱਜ ਆਪਣੇ, ਅੱਧੀ ਕੁ ਰੋਟੀ ਖਾ ਜਾ, ਸ਼ਾਮ ਨੂੰ ਤੂੰ ਸਬਜ਼ੀ ਨਾ ਖਾ ਲਈ। ਮੈਂ ਨਹੀਂ ਖਾਣੀ। ਗੱਲ ਤਾਂ ਸੁਣ ਲੈ ਬਬਲੂ, ਮੈਂ ਨਹੀਂ ਖਾਣੀ। ਬੇਬੀ ਨਾ ਜਮਾ ਨਹੀਂ ਕਿਸੇ ਦੀ ਗੱਲ ਸੁਣਦਾ। ਕੀ ਰੱਬਾ ਸਾਡੀ ਵੀ ਤੂੰ ਕਿਹੋ ਜਿਹੀ ਕਿਸਮਤ ਲਿਖੀ ਆ ਵੀ ਸਾਡੀ ਕਿਸਮਤ ਚ ਦਾਲ ਸਬਜ਼ੀ ਵੀ ਨਹੀਂ ਹੈਗੀ, ਰੋਜ਼ ਹੀ ਚਾਰ ਨਾਲ ਰੋਟੀ। ਜਾਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਬਣਾਉਂਦਾ ਜਾਂ ਫਿਰ ਕਿਸੇ ਨੂੰ ਗਰੀਬ ਨਾ ਰੱਖਦਾ, ਨਾ ਬਾਪੂ ਨੂੰ ਕੋਈ ਦਿਹਾੜੀ ਮਿਲਦੀ ਆ। ਚੱਲ ਕੋਈ ਨਹੀਂ, ਜੋ ਹੈਗਾ ਸੋ ਹੈਗਾ। ਉਹ ਤੇਰੀ ਸਾਡਾ ਬਬਲੂ ਕਿੱਧਰ? ਮੈਂ ਪਤੰਗ ਚੜਾਉਣ ਜਾਣਾ ਆਪਣੇ ਦੋਸਤਾਂ ਨਾਲ। ਪਤੰਗ ਚੜਾਉਣ ਜਾਣਾ? ਉਹ ਪੁੱਤ ਬਹਿ ਕੇ ਪੜ ਪੁੜ ਲਿਆ ਕਰ, ਤੂੰ ਦੋ ਅੱਖਰ ਹੈ ਬਾਪੂ। ਅੱਜ ਦਾ ਐਤਵਾਰ ਆ। ਓਏ ਉਹ ਤਾਂ ਮੈਨੂੰ ਵੀ ਪਤਾ ਵੀ ਐਤਵਾਰ, ਨਾਲੇ ਭੈਣ ਘਰੇ ਇਕੱਲੀ ਹੈ, ਉਹਦਾ ਜੀ ਲੱਗਿਆ ਰਹਿੰਦਾ। ਭੈਣ ਤਾਂ ਆਪੇ ਫਿਰ ਰਸੋਈ ਦੇ ਕੰਮ ਕਰ ਲੂਗੀ, ਐਵੇਂ ਕੀ ਆ ਭੈਣ ਨੂੰ। ਚੱਲ ਠੀਕ ਹੈ ਫਿਰ, ਦੂਰ ਰਹਿ ਜਾਈ ਕਿਤੇ। ਹੈ ਨਾ ਨਾ ਮੈਂ ਉਰੀ ਆ, ਬਸ ਮੈਂ ਦੋਸਤਾਂ ਨਾਲ ਖੇਡਣ ਜਾਣਾ। ਬੱਚੇ ਵੀ ਨਾ ਬਸ। ਰੋਟੀ ਬਣ ਗਈ ਪੁੱਤ? ਓਏ ਆ ਗਏ ਬਾਪੂ ਜੀ। ਹਾਂ ਭਾਈ ਲਿਆ ਰੋਟੀ ਲਿਆ, ਲਿਆਉਣੀ ਆ। ਦੇਖੀਏ ਜੇ ਦਿਹਾੜੀ ਦਾ ਪਾ ਲੱਗੂ ਅੱਜ। ਹਲੋ ਬਾਪੂ, ਅੱਜ ਤਾਂ ਨਾ ਕੋਈ ਸਬਜ਼ੀ ਨਹੀਂ ਹੈਗੀ ਸੀ, ਫਿਰ ਮੈਂ ਚਾਰ ਨਾਲ ਹੀ ਰੋਟੀ ਲਿਆਤੀ ਆ। ਚੱਲ ਕੋਈ ਨਹੀਂ ਪੁੱਤ, ਚਾਰ ਨਾਲ ਸਹੀ, ਸਬਜ਼ੀਆਂ ਕਿਹੜਾ ਲੈਣ ਦੀਆਂ ਰਹਿ ਗਈਆਂ। ਹੋਰ ਬਾਪੂ ਮਹਿੰਗਾਈ ਤਾਂ ਇੰਨੀ ਹੋਈ ਪਈ ਆ। ਕੱਲ੍ਹ ਦਿਹਾੜੀ ਦਿਹੁੜੀ ਵੀ ਨਹੀਂ ਲੱਗੀ ਕੋਈ, ਨਹੀਂ ਸਬਜ਼ੀ ਉਹ ਲੈ ਆਉਂਦਾ।
अज जरूर लिया के दूं पुत मैं सब्जी तेन कि चल कोई नी बापू रोटी खानी है चार नाल सही चलो ढेडे भरने पुत कई ते ये भी नसीब नहीं हुंदा ये भी ठीक है गल बबलू भी रोटी नहीं खांदा सी नक मारदा सी रोटी नू कहना मैं नहीं खानी चार नाल हुण खा गया कि नहीं ओ मसा खवा के भेजा चल खाता गया तै खाली हां बापू मैं ता खाली सी चल चलो खा लो तुसी रोटी मैं काम कर लूं ओ बैठ जा पुत बैठ जा बिंद सारा दिन उरी मंगू घूमती रहनी है आराम कर लिया कर ले बापू पढ़न लिखन दी उम्र भी बस तेरी ऐं लंघ गई बेटा बड़ी रीस सी मेरे मन च तैनू पढ़ावां लिखावां वड्डा अफसर नहीं बनावां तैनू बापू जे मैं नहीं कुछ बन सकी अपना बबलू तो बनूगा ना उहनू कादे वास्ते पढ़ाउने आपां बनूंगा जरूर बनूंगा वड्डा हो के वो सारे दुख दूर कर दूंगा अपने ठीक है तेरी किस्मत च होया बबलू जरूर बड़ा अफसर बनूगा ले किस्मत च क्यों बापू बनूगा पक्का ही बनूगा नाले वो वैसे भी पढ़ाई लिखाई च ना बहुत वधिया है बहुत तेज है मास्टर दसदे ने मैनू होर बाला तेज आ चल बापू रोटी खा के ना तू आराम कर ला मैं होर काम करन वेड़ला कर दे आराम किथे पुत मैं जाना मंडी काम कर देखदा जे कोई दिहाड़ी लगू चल कोई नहीं मिल जूगी कोई यार अज तो अपना कोई दोस्त भी नहीं आया हाँ यार अज मसा छुट्टी मिली थी स्कूल हरमन ते मनी चलो पतंग लैन चलिए पतंग नहीं अज पहला अमरूद खा के आना खेत अमरूद ना ना इतनी दूर तो जाने में मेरी भैन ने मना किया गा छेती मुड़े आगे आपा केड़ा टाइम लाना चल ठीक है पर आप पतंग नु किथे रखी किसी दे घरे रख जांगे ठीक है पर छेती मुड़ के आवांगा चलो अपने उधर घरे भी जाके पतंग भी चढ़ाने ने हां मसा तां एतवार दी छुट्टी आई हैगी छेती छेती चलो मिठे मिठे अमरूद खा के ना नजारा लेके भज के घरे जाने ते पतंग चढ़ाने आ दो हो जाएंगे मैं जाके ले आना पतंग मिल गया तो बड़ी पूंछ भी लगी हुई है और देख तो सही इतना सोहना पतंग मिल गया चलो पहले अमरूद खा लेने फिर पहले इन्हें जाके चढ़ावांगे हाँ पता नहीं सरों नू की हो गया यार बिच बिच तो जमी छोटी छोटी जो रहेगी अद्धे दांव च होई नहीं हैगी पता नहीं की फाहा पैनू की ओए आ की दे जवाक जने कणक लग रहे ने बदण है मैं भी कहां रोज रोज कणक कौन मत के जांदा है आही ने इन्हनू मैं दादा खड़ जा खड़ो रोज रोज दुखी कर रखा इन्होंने दुखी नहीं कर रखा मैं भी कहां कणक कौन मत है इन्हनू मैं अज खड़ जा खड़ो की गंदी ला दो तुसी खड़ जाओ पतंग चढ़ावांगे चलो चलो खड़ जा खड़ो तेनू मार चढ़ाना पतंग छोटी मेरी गल सुन तेरा कणक बीजण दे पता किन्ना लगता जोर लगता पहला बीजनी पैंदी फिर रेह गप्पा पाउणा पैंदा और आके सारी कणक मतती रोज मत सड़ा तुसी रब ने पता नहीं की सारा कुछ ही खो लिया साडा तां वे तुसी क्यों सा चढ़ाया दीदी दीदी बबलू कुटिया खेत बबलू कुट कीने कुटिया गुरी चाची ने कुटिया तुसी ओथे की लेन गए सी असि अमरूद खान गए सीगे वे तन्नू ओदा पता नहीं हैगा तन्नू ओदे खेत मिले सी परे होवो हाय रब्बा सौख रखी ओदा पहले ही बहुत हंकारिया होया बंदा नाले बबलू नु क्या सी भी तू दूर ना जाई कदे भी खेडन तां भी हुणे मेरी गल नहीं सुनी मगर लग के आया होना वो इधर नहीं कदे भी कला नहीं आता इन्नी दूर पता नहीं बबलू नाल की सलूक किया होना उन्हें मैं तो खेत भी नहीं पता कि
ਕਿਵੇਂ ਲੱਗਦਾ ਹੋ ਰਿਹਾ ਕਿਵੇਂ ਜਾਨਵਰਾਂ ਵਾਂਗੂ ਕੁੱਟਣ ਲੱਗਿਆ ਪਿਆ ਨਾ ਮਾਰ ਵੀਰੇ ਮੇਰੇ ਭਾਈ ਨੂੰ ਨਾ ਮਾਰ ਤੈਨੂੰ ਮਾਰ ਦੂੰ ਮੈਂ ਤੈਨੂੰ ਛੱਡਦਾ ਨਹੀਂ ਅੱਜ ਤੂੰ ਆਇਆ ਕਿ ਮੇਰੇ ਹਾਂ ਵੀਰੇ ਵੀਰੇ ਛੱਡ ਦੇ ਮੇਰੇ ਭਰਾ ਨੂੰ ਨਾ ਵੀਰੇ ਮਾਰਨਾ ਤੂੰ ਕਿੱਥੇ ਆ ਗਿਆ ਨਾ ਵੀਰੇ ਮਾਰਦਾ ਕਿ ਤੂੰ ਕਰਾ ਹੋਟ ਆਏ ਨਾ ਵੀਰੇ ਮੇਰੀ ਗੱਲ ਸੁਣ ਜੇ ਇੰਨੀ ਗੌਰ ਰੱਖਣੀ ਹੈ ਆਪਦੀ ਗੰਦੀ ਲਾਦ ਨੂੰ ਘਰੇ ਰੱਖਿਆ ਕਰ ਉਰੇ ਕਣਕ ਮੱਤ ਦੀ ਸਾਰੀ ਕਣਕ ਮੈਂ ਬਰਾ ਦਾ ਫੇਰ ਕੀ ਹੋ ਗਿਆ ਵੀਰੇ ਕਣਕ ਮੈਂ ਦਿੱਤੀ ਤਾਂ ਜਵਾਕ ਦੀ ਜਾਨ ਤਾਂ ਨਹੀਂ ਲੈਣੀ ਜਬਰ ਬੜਾ ਕੇ ਬੜੇ ਰੋਜ਼ ਮਾਦਨ ਹੋ ਰਿਹਾ ਕੇ ਨਾਲੇ ਪੇਟੇ ਤੋੜ ਕੇ ਜਾਂਦੇ ਨੇ ਉਹਦੇ ਮਰੂ ਤੋੜਨੇ ਬਾਹਰ ਨਹੀਂ ਆ ਜਾਂਦੇ ਅੱਜ ਵੀ ਕਰਦੀ ਹੋ ਗਈ ਤੂੰ ਮਾਫ ਕਰ ਨਾ ਵੀਰੇ ਕਿਉਂ ਜਵਾਕ ਨੂੰ ਮਾਰ ਰੱਖ ਕੇ ਮਾਰੇਗਾ ਨਹੀਂ ਮਰੇ ਨਾ ਵੀਰੇ ਛੱਡ ਕਾਹੂ ਯਾਰ ਛੱਡ ਇਹਨੂੰ ਛੱਡ ਪਾ ਹੀ ਮੈਂ ਕਿਆ ਬੱਟਣ ਲੱਗ ਰਿਹਾ ਜਵਾਕ ਨੂੰ ਮਾਰ ਰਿਹਾ ਕਿਵੇਂ ਹੈ ਬਬਲੂ ਅਰੇ ਪਾਉਣ ਦੀ ਪਰੜ ਰਹੀ ਓਏ ਹੋਇਆ ਕੀ ਆ ਵੀਰੇ ਗਲਤੀ ਹੋ ਗਈ ਨਹੀਂ ਆਉਂਦਾ ਸਾਡਾ ਮੁੰਡਾ ਅੱਗੇ ਤੋਂ ਇੱਧਰ ਕਿਉਂ ਜਵਾਕ ਨੂੰ ਕੁੱਟਣ ਲੱਗ ਰਿਹਾ ਯਾਰ ਗੁਰੀ ਕੀ ਹੋਇਆ ਤੈਨੂੰ ਉਹ ਤੈਨੂੰ ਨਹੀਂ ਪਤਾ ਬਾਈ ਆਹ ਕਣਕ ਦੇ ਕੇ ਮੱਤ ਦੀ ਹੈ ਯਾਰ ਉਹ ਫਿਰ ਮਾਰਨਾ ਯਾਰ ਜਵਾਕ ਨੂੰ ਐਵੇਂ 10 ਮਿੰਟ ਅੰਗੜੇ ਆ ਜਨਾਂ ਦੇ ਨਾਲ ਉਹ ਦੇਖੀ ਜਵਾਕ ਜਵੇਂ ਸੁਣਨ ਹੋ ਗਿਆ ਯਾਰ ਵੀਰੇ ਜੇ ਤੁਹਾਡਾ ਜਵਾਕ ਹੋਊ ਕੁਛ ਨਹੀਂ ਤਾਂ ਉਹ ਕਸਾ ਮੈਂ ਮਾਰ ਦੂੰ ਓਏ ਮੈਨੂੰ ਮਾਰਿਆ ਕਰਦੇ ਚੱਲ ਤੂੰ ਯਾਰ ਮੈਨੂੰ ਲਾਇਆ ਚੱਕ ਸੁਣ ਯਾਰ ਉਹ ਜਵਾਕ ਜਮੀ ਸੁਣਨ ਕਰਤਾ ਲੈ ਹਾਏ ਬਾਈ ਲੈ ਚੱਕ ਪਣੇ ਇਹਨੂੰ ਲੈ ਕੇ ਚੱਲੀਏ ਦਸਾਂ ਐਂ ਕੁੱਟਿਆ ਕਰਦੇ ਜਵਾਕ ਜਿਹੜੇ ਬਣ ਕੇ ਕਣਕ ਚ ਸੋਚ ਲੈ ਇਸ ਤੋਂ ਬਾਅਦ ਉਹ ਜਮੀ ਸੁਣਨ ਕਰਤਾ ਪਣੇ ਬਾਬਲੋ ਬੰਦਾ ਬਹੁਤ ਰਾਮ ਇਹਦਾ ਕੁਛ ਕਰਨਾ ਪਊਗਾ ਤੇ ਪਹਿਲਾਂ ਵੀ ਇਹਨੇ ਬੰਦਾ ਨੂੰ ਕੁੱਟ ਗਿਆ ਦਸ ਕਣਕੇ ਮਿੱਧੀ ਤੇ ਉਹਦੀ ਜੇ ਇਹਨਾਂ ਦੇ ਆਪਦੇ ਜਵਾਕ ਹੋਣ ਫੇਰ ਵੀ ਹਾਏ ਕੁੱਟਣ ਬਬਲੂ ਰਾਮੀ ਜੇ ਨੇ ਕਿੰਨਾ ਕੁੱਟਿਆ ਜਵਾਕ ਨੂੰ ਅਜੇ ਪੈਣੇ ਰੋਣਾ ਤੂੰ ਰੋਣਾ ਨਾਲ ਕੁੱਟਿਆ ਤੇ ਰਾਮ ਜੇ ਨੇ ਕੀ ਹਾਲ ਕਰਤਾ ਮੇਰੇ ਬਬਲੂ ਦਾ ਜਾ ਕੇ ਪਾਣੀ ਲਿਆ ਤੂੰ ਇਹ ਤਾਂ ਬੇਹੋਸ਼ ਹੋ ਗਿਆ ਜਮੀ ਸੁੱਤ ਨਹੀਂ ਦੇਖੀ ਬਚੰਦ ਓਏ ਆ ਕਿਨੇ ਕਰਿਆ ਇਹਦਾ ਹਾਲ ਉਹ ਦੇਖੀ ਕੀ ਆ ਇੰਨੇ ਨੀਲ ਕਿਨੇ ਪਏ ਨੇ ਇਹਦੇ ਉਹ ਬਬਲੂ ਉਹ ਤੇ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਓਏ ਮਨੂ ਕੀ ਹੋ ਗਿਆ ਇਹ ਡੈਡੀ ਜਿਹੜਾ ਹੰਕਾਰਿਆ ਗੁਰੀ ਆ ਨਾ ਉਹਨੇ ਕੀਤਾ ਇਹ ਹਾਲ ਬਬਲੂ ਦਾ ਖੜਾ ਹੋ ਪੁੱਤ ਪਾਣੀ ਪੀ ਲਾ ਬੇੜਾ ਬਹਿ ਜਾ ਤੇਰਾ ਬੇਕਿਰਕਾ ਜਵਾਕ ਉਹੀ ਜਾਵੜੇ ਉਹਦੇ ਖੇਤ ਚ ਕੀ ਹਾਲ ਕਰਿਆ ਮੇਰੇ ਪੁੱਤ ਦਾ ਬਬਲੂ ਪੁੱਤ ਹੁਣ ਤਾਂ ਤੂੰ ਘਰੇ ਆ ਘਰੇ ਪੁੱਤ ਘਰੇ ਤੂੰ ਗੱਲ ਸੁਣ ਲਓ ਮੇਰੀ ਜੀ ਇਹਦਾ ਥਾਣੇ ਜਾਓ ਉੱਧਰ ਰਿਪੋਰਟ ਲਿਖਾਉਣੀ ਪਊਗੀ ਨਾਲੇ ਜਾਓ ਹਸਪਤਾਲ ਚ ਦੇਖੋ ਤਾਂ ਜਵਾਕ ਦੇ ਕਿੰਨੇ ਲੀਲ ਪਾਏ ਪਏ ਨੇ ਮੱਛਰ ਐ ਫਿਰਦਾ ਉਹ ਮਤਲਬ ਦੋ ਜਣਿਆਂ ਨੂੰ ਕੁੱਟ ਗਿਆ ਉਹ ਥਾਣਾ ਹਸਪਤਾਲ ਹਸਪਤਾਲ ਕਿਵੇਂ ਜਾਈਏ ਨਾਲੇ ਥਾਣੇ ਜਾ ਕੇ ਮੈਂ ਕੀ ਕਰ ਲੂੰਗਾ ਉਹਦਾ ਤਕੜਾ ਬੰਦਾ ਉਹਦਾ ਕੋਈ ਕੀ ਵਿਗਾੜ ਲੂਗਾ ਕੋਈ ਕੁਛ ਨਹੀਂ ਵਿਗਾੜ ਸਕਦਾ ਉਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ ਉਹਦਾ ਗੱਲ ਸੁਣੋ ਜੀ ਮੇਰੀ ਜੇ ਤੁਹਾਡੇ ਵਾਂਗੂ ਹਰੇਕ ਸੋਚਣ ਲੱਗ ਗਿਆ ਕੱਲ੍ਹ ਨੂੰ ਹੋਰ ਕਿਸੇ ਦੇ ਜਵਾਕ ਨੂੰ ਕੁੱਟ ਦੂਗਾ ਐਵੇਂ ਨਹੀਂ ਕੰਮ ਚੱਲਣਾ ਹੈਗਾ ਗੱਲ ਠੀਕ ਹੈ ਤੇਰੀ ਕੁਛ ਤਾਂ ਕਰਨਾ ਹੀ ਪਊਗਾ ਇਹਨੂੰ ਸਬਕ ਤਾਂ ਸਿਖਾਉਣਾ ਹੀ ਪਊਗਾ ਮੇਰੀ ਚਾਹੇ ਜਾਨ ਚਲੀ ਜਾਏ ਹੁਣ ਮੈਂ ਇਹਨੂੰ ਸਬਕ ਸਿਖਾ ਕੇ ਰਹੂੰਗਾ ਸਬਕ ਸਿਖਾ ਕੇ ਰਹੂੰਗਾ ਇਹਨੂੰ ਮੈਂ ਚੱਕੋ ਆਪਾਂ ਜਵਾਕ ਨੂੰ ਹਸਪਤਾਲ ਲੈ ਚੱਲਦੇ ਹਾਂ ਹਸਪਤਾਲ ਲੈ ਬੇਹੋਸ਼ ਹੋ ਰਿਹਾਗਾ ਚੱਕੋ ਜਮਾ ਸਹੀ ਹੋਵੇ ਰੱਬਾਂ ਨੂੰ ਕੁਛ ਨਾ ਹੋਇਆ ਹੋਵੇ ਫੇਰ ਐਮਨੇ ਜਮਾ ਤਰਸ ਨਹੀਂ ਕੀਤਾ ਜਵਾਕ ਤੇ ਘੁੱਟ ਘੁੱਟ ਕੇ ਉਹਦੀ ਕੀ ਹਾਲਤ ਕਰਤੀ ਆ ਹੇ ਰੱਬਾ ਮੇਰੇ ਬਬਲੂ ਨੂੰ ਤੰਦਰੁਸਤੀਆਂ ਬਖਸ਼ੀ ਨਾਲੇ ਮੇਰੀ ਮਾਤਾ ਤੂੰ ਪਹਿਲਾਂ ਹੀ ਖੋਲੀ ਮੇਰੇ ਤੋਂ ਹੁਣ ਤਾਂ ਮੇਰੀ ਤੇ ਬਾਪੂ ਦੀ ਦੁਨੀਆ ਬਬਲੂ ਨਾਲ ਹੀ ਵੱਸਦੀ ਆ ਉਹ ਤੇਰੀ ਗੱਲ ਸਹੀ ਹੈ ਗੁਰਬਖਸ਼ ਤੈਨੂੰ ਪਤਾ ਨਹੀਂ ਉਹ ਕਣਕ 'ਚ ਵੜ ਰਹੇ ਤੇ ਜਵਾਕ ਜੇ ਉਹ ਰੋਜ਼ ਕਣਕ ਮਿੱਧ ਕੇ ਜਾਂਦੇ ਨੇ ਯਾਰ ਹੈ ਉਹ ਜਾਂਦੇ ਨੇ ਠਾਣੇ ਵਗ ਜਾਣ ਦੇ ਜਿੱਥੇ ਮਰਜ਼ੀ ਜਾਣ ਯਾਰ ਆਪਣਾ ਕੀ ਕਰ ਲੈਣਗੇ ਉਹ ਤੈਨੂੰ ਪਤਾ ਤਾਂ ਹੈਗਾ ਪਿੰਡ 'ਚ ਆਪਣੀ ਕਿੰਨੀ ਕੁ ਦਹਿਸ਼ਤ ਹੈ ਹੈ ਜਿਹੜੇ ਪਹਿਲਾਂ ਦੋ ਸੈੱਟ ਕਰੇ ਤੇ ਹੁਣ ਤੱਕ ਮੰਨਦੇ ਨਾ ਕਹਿੰਦੇ ਨੇ ਬਾਪੂ ਓਏ ਆਪਣਾ ਕੁਛ ਨਹੀਂ ਕਰ ਸਕਦੇ ਜਿੱਥੇ ਮਰਜ਼ੀ ਵਗ ਜਾਣਾ ਨਾ ਉਹਨਾਂ ਦੀ ਕੋਈ ਸੁਣੇ ਹਾਂ
ओए जवाक जा कलू बड़ा हो के कुछ करता यार। आहो आहो कुछ नहीं कर सकते अपना जनाब। हाँ। मैनू पक्की सी आई डी मिली आई। अच्छा ये मैं दसा जवाक जबूक कुटन का बहाना जी। हाँ। यहाँ उरे काम हो रहे चलते ने। होर काम की चलता मैं दसा जनाब एक दो बंदा इन्हें पहला फेंटा नाले तो। हाँ। मैनू बंदा सी आई डी दे के गया भी ये करते ने दारू दूरू। अच्छा हाँ जवाक बेचारे मानते सच्चे होंगे ने सूह ना दे दे। सही गल इन्हें सड़े ने जान के जवाक कुटे भी नाले मेरा डर बैठ जू। कोई नी ते चंगा ही परचा पूगा जवाक नू होस्टाउन दे पुछांगे। मैं कहना जी आपां पक्का पता करना सी आई डी तो मैंने 100% जनाब देखो मेरी सी आई डी झूठी नहीं होती सूँ पता। हाँ हाँ ठीक है जनाब मैं 100% कन्फर्म कर पहला भी बंदा इन कमां रहा इन्हें एक दो बंदा ता ही पहला हो कर भी मेरे खेत कोई बड़े ना। हाँ। मैं खुलवा रहे काम करी जावा एक दो उपर पावर भी आ अपने अड़के आ गया यह निकलना नहीं चाहिए चाहे 100 फोन आ जाए अपन परचे का देखी कई धारा लावांगे वर्दी दिया पर आपके मान से सच्चे रहना यह बंदा अज बचे ना हो बैठे ही चक लो पक्का पता बोलना फड़ला जान भी मेरे साले तेन फड़ला 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 गिट्टा जी मार गिट्टा जी मार दे। मेरी गाथा सुन लो जी। की सुन ली तेरी? हां मेरी गाथा सुन लो जनाब। हां मेरी की सुन ली तेरी गल तेने? ओए की गाथा सुन लो जी। मेरी गाथा सुन लो जी। मेरी गाथा जनाब इने बहुत जवाक कुत्ते ने ओरे गल सुन लो तेरी जवाक दी सुनिया। हां मेरी गाथा सुन ओ चीका मारदा जी दा सुनिया जवाक दी सुनिया छड़ दे मेनू जवाक ने सुन लो जवाक जा पता की गल जवाक जाए इधर आई गा मेरी जनाब मैं सुना है ब्लैक भी करता एदा लाउना पता ले जाके आयो जी चल चंडीगढ़ तो फोन करा देना गलता सुन लो जी मेरी रोकियो रोकियो जनाब रोकियो मेनू तो गल्लां कर लैण दे इस बड़े बदमाश नाल बड़ा मच्छर रहदी इह बंदा क्यों है तैनू शर्म नहीं आई इस जवाक ते हाथ चुकदे नू जे इन्नी आकड़ सी इन्ना हंकार सी तैनू मेरे नाल पंगा लैंदा मेरे नाल आटन वाले हाथ ना मुंह ते दाग पा दिंदे दाग उपर अख चक पा के गल कर इधर मुंह कर ले कणक जाके बड़ गया दीजी ओ कणक च आके बड़ गया हुण नीवी पई खड़े फिर की हो गया दीजी तेरी कणक मदी गई थी ओ मैं दिहाड़ी लवा जांदा तेरे दिहाड़ी लवा जांदा तेरे ओनी पैसे दा इन्ना मान भी नहीं करीदा चंगा नहीं हुंदा पहला भी इन्हां ने कई हिले कर ले साडी जी बड़े लोकां तक पहुंच है बड़े लोकां तक पहुंच है आले करे लांबा दे देना भी मेरी कणक में दती जनाब ਪਹਿਲਾਂ ਵੀ ਇਹ ਦੋ ਤਿੰਨ ਵਾਰੀ ਬਚ ਗਿਆ ਹੁਣ ਚੰਗੀ ਦੀ ਛੱਤਰ ਪ੍ਰੋਜੈਕਟ ਕਰਿਓ ਪੰਚਾਇਤ ਦੀ ਗੱਲ ਕਰ ਲੈਂਦਾ ਅਖੜ ਕੇ ਮੈਂ ਮੇਰੀ ਕਣਕ ਦਾ ਨਾਸ਼ ਕਰੇ ਇਹਨਾਂ ਨੇ ਮੈਂ ਹਰਜਾਨਾ ਭਰ ਦਿੰਦਾ ਸਰਦਾਰ ਜੀ ਜਨਾਬ ਗਰੀਬ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਹੋਣਾ
मिलूगा बच्चे ने साथ मिलू प्रशासन छोड़े नाल भाई ने हाथ जोड़े ते अगे ने एक भी नहीं सुनी एडा चंद्रा इंसान है मच्छरे होए ने ए मच्छरे पहला भी किन्ने हिले कर ले ओ दस तेरे आप दे नहीं है जवाब कोई नु आए कुटदा बड़ा मंगू इन्ने दे तेनु से रब वर्गी रूते तारदार कुटदा ते लील पाते ते जवाब दे मार मार डंडे बाबा इन्ने दे माकर ना लगो मेरी गल सुन लो वर्दी लहा दूं मैं कदे ओवर दे वर्दी लहा लोग तो रब नु भी टप समझदे आ सानू लहा ली वर्दियां सरदार जी ਹੁਣ ਕਸਰ ਨਾ ਰਹਿ ਜੇ ਕੋਈ ਮੇਰੀ ਚਾਹੇ ਜਾਨ ਬਗ ਜੇ ਜਾਨ ਮੈਂ ਵੀ ਆਪਦੀ ਤੇ ਆਇਆ ਹੋਇਆ ਹੁਣ ਦੇਖੂਗਾ ਤੇਰੀ ਬਦਮਾਸ਼ੀ ਇਹ ਤਾਂ ਐ ਤੁਰੂਆ ਪਿੰਡ ਚ ਵੀ ਮੇਰੇ ਵਰਗਾ ਸ਼ਰੀਫੇ ਕੋਈ ਨੀ ਤੁਹਾਡੇ ਤਾਂ ਕੋਈ ਕੁੱਤੇ ਦੇ ਵੀ ਡੰਡਾ ਮਾਰੇ ਤੁਹਾਡੇ ਤਾਂ ਉਹ ਨਹੀਂ ਜਰਿਆ ਜਾਂਦਾ ਚੱਲ ਭਾਈ ਠੀਕ ਆ ਜਵਾਕ ਸੀ ਕੋਈ ਨੀ ਤੁਸੀਂ ਕਰੋ ਘਰੇ ਜਾਓ ਹੁਣ ਬੱਚੇ ਨੂੰ ਦੇਖੋ ਅਸੀਂ ਇਹਨੂੰ ਦੇਖ ਦਿਆਂਗੇ ਆ ਦੇਖ ਲੈ ਜਵਾਕ ਠੀਕ ਨੀ ਚਲੋ ਫੜ ਇਹਨੂੰ ਛੱਡੇ ਹੁਣ ਇਹਨੂੰ ਫੜ ਲਾਓ ਜਨਾਬ ਜਾ ਕੇ ਤੇ ਪੱਟੇ ਚੰਗਾ ਕਰੋ ਇਹਨੂੰ ਸਿੱਧਾ ਮੁੱਦਾ ਪਾ ਲਈਏ ਇਹਨੂੰ ਜਨਾਬ ਲਾ तू ही सामझ सकदा जेडे आम बंदे नूं कोल समझदे ही नहीं गे इहनूं तां कोई इहदा बराबर दा नहीं टकरिया जेड़ा इहनूं नत्थ पा सके मेरे तां सामने होवे जी करदा सिर पाड़दा ओ मनप्रीत हाँ बापू ओ गल सुन पुत बापू बबलू किवें आ बबलू ठीक है पुत हाँ मैं जाना पुत वकील कोल उत्थे पैसे टके दी लोड़ मैनू पऊगी रखियां तां तेरे विआह वास्ते सी टूमा तेरी माँ दी पेटी च तेरी माँ वाली टूमा पईआं ने ओ लिया के दे बापू टूमा तां मैं तैनू लिया दिनी आ उहनां दी फिकर ना कर तू तां फिर भी बना लंगे आपां पर इह हरामी बंदे नूं आपां सबक जरूर सिखाउणा जवाक दा बुरा हाल करके रखता किड्डा बेरहम बंदा है जानवर तो भी भेड़ा बापू कोई गल नहीं पुत मेरी चाहे जान बग जाए हुण बदला भी लूं मैं इस गल दा ठीक हो लैन दे बबलू नूं बापू मैं भी तेरे नाल आ तेनू तां सब कुछ जरूर सिखाउणा मैं हुणे लिया के दिनी आ हराम खोर किसे थां दा जवाक नूं कुट्टण लगे तूं हुंदा कोई थपड़ा थुपड़ा मार लिया ये थोड़ा भी डंडा नाले कुट्टण लग जांदे लभिया नहीं पुत ओ लिया पुत बस ना लंघ जे मेरी आ लै बापू बापू तू छेती लेके जा टूमा छेती वकील कर लैन दे केरा मैनू ऐसा सबक सिखाऊं इनू ऐसा सबक सिखाऊं किसे दे जवाक नू हथ नहीं पऊगा मुड़के घर दा ख्याल रखी पुत मैं गया ते आया कोई नहीं बापू फिकर ना करी तू इनू भी एहो जिहा सबक तां सिखाउणा ही है ना भी मुड़के ना किसे दे जवाक वल अख चक के देखे इनू भी पता लगे भी मैनू भी कोई टकरिया अगों जे गरीब हाँ ये तो नहीं भी असं आपके जवाकों ही कटा लाँगे चुप करके घर बैठ जाएंगे भी असं इन्हों का सामना नहीं कर सकते इन्नी हिम्मत तो हैगी साढ़े च